ਘਟਨਾ ਆ ਗਈ ਹੋਈ ਘਟਨਾ ਜੀ ਰਾਤ ਨੂੰ 12 ਵਜੇ ਗੱਡੀ ਆਈ ਆ ਇਧਰੋਂ ਤਿੰਨ ਗੱਡੀਆਂ ਦੋ ਉੱਥੇ ਖਲੋ ਗਈਆਂ ਹੋਰ ਬ੍ਰੇਕ ਮਾਰ ਉੱਧਰ ਚੱਲ ਗਈਆਂ ਇੱਕ ਗੱਡੀ ਸਾਡੇ ਅੱਗੇ ਬਣ ਕੇ ਸਿੱਧੀ ਆ ਖੰਬੇ ਦੇ ਖੰਬੇ ਦੇ ਵਿੱਚ ਵੱਜੀ ਆ ਉਹ ਤੋਂ ਬਾਅਦ ਰੇੜੀ ਮੇਰੀ ਭੰਨ ਕੇ ਥੱਲੇ ਸੁੱਟ ਗਈ ਇਹਨਾਂ ਨੇ ਬਾਅਦ 'ਚ ਗੱਡੀ ਇੱਧਰ ਨੂੰ ਪਲਟ ਗਈ ਆ ਬਾਅਦ 'ਚ ਇਹਨਾਂ ਨੇ ਸਤੰਤਰਾਂ ਲੱਗੀਆਂ ਜੀ ਬਾਅਦ 'ਚ ਮੁਲਾਜ਼ਮ ਕਿਤੇ ਆਏ ਆ ਕਰਨੈਲ ਸਿੰਘ ਅੱਗੋਂ ਅਗਲੇ ਅਤੇ ਉਹਨੇ ਆ ਕੇ ਇਹਨਾਂ ਨੂੰ ਫੜ ਲਿਆ ਵਾ ਅਤੇ ਇਹ ਬੰਦੇ ਨੇ ਗੱਡੀਆਂ ਕਰਦੀਆਂ ਬੰਦੇ ਕਿਤੇ ਕਰਦੇ ਬਾਅਦ 'ਚ ਇਹਨਾਂ ਨੇ ਆਰਸੀ ਲੈ ਲਈ ਆ ਮੁਲਾਜ਼ਮਾਂ ਨੇ ਉਹਨਾਂ ਕੋਲ ਅਤੇ ਉਹ ਗੱਡੀ ਟਰੈਕਟਰ ਟਰੈਕਟਰ ਦੇ ਨਾਲ ਬੰਨ ਕੇ ਲੈ ਗਏ ਆ ਗੱਡੀ ਮੈਨੂੰ ਇਹ ਨਹੀਂ ਸਮਝਾਈ ਕਹੀ ਕਿਉਂ ਆ ਗੱਡੀ ਘਰ ਵਾਲੇ ਲੈ ਗਏ ਕਿ ਪੁਲਿਸ ਮੁਲਾਜ਼ਮ ਨੇ ਘਰ ਵਾਲਿਆਂ ਨੇ ਖੜੀਆਂ ਗੱਡੀਆਂ 'ਤੇ ਪੁਲਿਸ ਵਾਲਿਆਂ ਦਾ ਕਹਿਣਾ ਕਿ ਤੁਹਾਡੀ ਸਹਿਮਤੀ ਨਾਲ ਗੱਡੀ ਭੇਜੀ ਆ ਤੇ ਨਹੀਂ ਮੈਂ ਤੇ ਆਇਆ 6 ਵਜੇ ਤੇ ਬਾਅਦ ਤੋਂ ਹੀ 12 ਵਜੇ ਤੁਹਾਨੂੰ ਕੁਝ ਨਹੀਂ ਪਤਾ ਤੁਹਾਨੂੰ ਨਹੀਂ ਪਤਾ ਮੈਂ 6 ਵਜੇ ਆਇਆ ਮੈਨੂੰ ਵੀ ਫੋਨ ਕਿਹਾ ਤੇ ਮੈਂ ਕੀਤੀ ਆ ਆ ਕੇ ਦੇਖੀ ਆ ਨੁਕਸਾਨ ਕਿੰਨਾ ਹੋਇਆ ਨੁਕਸਾਨ ਵੇਖ ਲਓ ਜੀ 30-40 ਹਜ਼ਾਰ ਦਾ ਨੁਕਸਾਨ ਆਈ ਹੈ ਮੇਰਾ ਕਰਕੇ ਹੁਣ ਵਿਹਲੇ ਵੀ ਹੋ ਕੇ ਬਹਿ ਗਏ ਕੰਮ ਨਹੀਂ ਤੁਹਾਡਾ ਮਤਲਬ ਰਿਹਾ ਹੁਣ ਮੈਂ ਵਿਹਲਾ ਬੈਠਾ ਸਵੇਰ ਦਾ ਹੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲੋਂ ਜਾ ਰਹੇ ਉਹ ਕਹਿੰਦੇ ਆ ਜਿਹੜੇ ਗੱਡੀ ਇੰਨੀ ਤੇਜ਼ ਆਈ ਆ ਇੱਥੇ ਕੋਈ ਰੁਕਾਵਟ ਨਹੀਂ ਕਿਉਂ ਨਹੀਂ ਛੇਲਦੇ ਦੁਕਾਨੇ ਨਹੀਂ ਆਏ ਕਿਤੇ ਨਹੀਂ ਆਏ ਜਾਂ ਰੇੜੀ ਪਾਉਂਦੀ ਨੁਕਸਾਨ ਹੋ ਗਿਆ ਵਿਹਲੇ ਹੋ ਗਏ ਜੇ ਤੇ ਬੰਦੇ ਕਿੰਨੇ ਹੁੰਦੇ ਚੌਂਕ ਦੇ ਵਿੱਚ ਇੰਨੀ ਤੇਜ਼ ਗੱਡੀ ਆਈ ਆ ਸ਼ਾਲ ਨਾ ਵੀ ਕਿਹੜੀ ਆ ਤੇ ਜੇ ਬੰਦੇ ਮਰ ਜਾਂਦੇ ਕੌਣ ਜ਼ਿੰਮੇਵਾਰ ਹੈ ਚਲੋ ਹੁਣ ਤੇ ਰੇੜੀ ਭੱਜੀ ਆ ਘਟਨਾ ਹੋਈ ਆ ਰਾਤੀ ਕੋਈ ਨਾ 12-12 ਵਜੇ ਦਾ ਨਾ ਅੱਗੋਂ ਦੀ ਸ਼ਰਾਬ ਕਿਸੇ ਨੇ ਪੀਤੀ ਵੀ ਸੀ ਇੱਧਰੋਂ ਵੀ ਗਾਇਆ ਦਰਾਂਗ ਸਾਈਡ ਤੋਂ ਜਿਹੜੇ ਆਏ ਨਾ ਉਹਨਾਂ ਆ ਕੇ ਰਾਤ ਨੂੰ ਕਿਤੇ ਆਇਆ ਗੱਡੀ ਆਈ ਹੈ ਬੜੀ ਸਪੀਡ ਨਾਲ ਹੀ ਆਈ ਹੈ ਜੇ ਸਿੱਧੀ ਗੱਲ ਆ ਇੱਧਰੋਂ ਆਇਆ ਦੁਕਾਨ ਦੇ ਅੰਦਰ ਵਿੱਚ ਆ ਕੇ ਮਾਰੀ ਆ ਤਾਂ ਡੇਰੀ ਵੀ ਟੁੱਟੀ ਆ ਖੰਭਾ ਵੀ ਟੁੱਟਿਆ ਦਾ ਨਾਲ ਨੁਕਸਾਨ ਹੋਏਗਾ ਸਿੱਧੀ ਉਹਨਾਂ ਚਿਰ ਪਰ ਉਹ ਰਾਤੀ ਫਿਰ ਪੁਲਿਸ ਆ ਕੇ ਜਾਂ ਜਾਂ ਪੁਲਿਸ ਦੇ ਹੁੰਦੇ ਸੁਣਦੇ ਵੀ ਇਹ ਕੰਮ ਪੁਲਿਸ ਨੂੰ ਪਤਾ ਅਤੇ ਸਭ ਤੋਂ ਪਤਾ ਤਾਂ ਗੱਡੀ ਫਿਰ ਚੁੱਕ ਕੇ ਤਾਂ ਕਿਤੇ ਪਹੁੰਚਾ ਸੀ ਨਹੀਂ ਉਹਨਾਂ ਨੇ ਮੌਜੂਦਾ ਸਿੱਧੀ ਤੁਸੀਂ ਵੀ ਜਾਣ ਨਾਲ ਇਕੱਠੇ ਖਰੀ ਗਏ ਉੱਥੇ ਜਾਣ ਦੇ ਮਾਰ ਪੁਲਿਸ ਨੇ ਚੁਕਾ ਦਿੱਤੀ ਹੈ ਪੁਲਿਸ ਨੇ ਆਪ ਰਲ ਕੇ ਗੱਡੀ ਚਲਾ ਕੇ ਪਹੁੰਚਾਈ ਰੈਲੀ ਚੁਕਾ ਕੇ ਲੈ ਗਈ ਗੱਡੀ ਠਾਣੇ ਨਹੀਂ ਖੜੀ ਇਹਨਾਂ ਨੇ ਠਾਣੇ ਨਹੀਂ ਖੜੀ ਉਹ ਘਰ ਭੇਜ ਛੱਡੀ ਉਹਨਾਂ ਨੇ ਪੁਲਿਸ ਨੂੰ ਪਤਾ ਵਾ ਕਿੱਥੇ ਗਈ ਆ ਕਿੱਥੇ ਗਏ ਤੁਸੀਂ ਅਤੇ ਕਿਉਂ ਨਹੀਂ ਆਏ ਕਿਉਂ ਬਰਾਮਦ ਕਰਦੇ ਜਦੋਂ ਗੱਡੀ ਆਰਸੀ ਤੁਹਾਡੇ ਕੋਲ ਹੈ ਜੀ ਉਹ ਜਦੋਂ ਆਰਸੀ ਤਾਂ ਫਿਰ ਗੱਡੀ ਕਾਹਨੂੰ ਗਈ ਬਾਹਰ ਗੱਡੀ ਫਿਰ ਇੱਥੇ ਹੋਣੀ ਚਾਹੀਦੀ ਤੁਹਾਨੂੰ ਕਿਦਾਂ ਪਤਾ ਗੱਡੀ ਠਾਣੇ ਨਹੀਂ ਗਈ ਨੁਕਸਾਨ ਕਿੰਨਾ ਕੁ ਹੋਇਆ ਦਾ ਨੁਕਸਾਨ ਅਸੀਂ ਹੈ ਪੈਂਤੀ ਚਾਲੀ ਹਜ਼ਾਰ ਦਾ ਲਾਭ ਨੁਕਸਾਨ ਆਈ ਅਗਰ ਰੇਹੜੀ ਵੀ ਬਣਾਉਣ ਲੱਗੇ ਆ ਸਿਲੰਡਰ ਬਣਾ ਲੱਗੇ ਸੋਡੇ ਲਈ ਬਣਾ ਦੇ ਮੇਰਾ ਖਿਆਲ 40-45 ਹਜ਼ਾਰ ਦੇ ਅਤੇ 35-40 ਹਜ਼ਾਰ ਦਾ ਲਾ ਲਓ ਸਿੱਧੀ ਗੱਲ ਰੁਜ਼ਗਾਰ ਇਹਨਾਂ ਦਾ ਇਹੀ ਕਮਾ ਕੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਚੈਨ ਨੂੰ ਇਹ ਕਰਦੇ ਹਾਂ ਜਿਹੜਾ ਨੁਕਸਾਨ ਆ ਪੂਰਾ ਕੀਤਾ ਜੀ 35,000 ਦਾ 40,000 ਦਾ ਜਿਹੜਾ ਨੁਕਸਾਨ ਨੁਕਸਾਨ ਪੂਰਾ ਕੀਤਾ ਜੀ ਨਾ ਕਿਰਪਾ ਕੇ ਅੱਗੇ ਆਉਣ 'ਤੇ ਸਮੇਂ ਦੇ ਆਉਣ 'ਤੇ ਗੱਡੀ ਜਿਹੜੇ ਚਲਾਉਣੀ ਆ ਸੰਵਿਧਾਨ 'ਚ ਨਾ ਜਿੱਦਾਂ ਚੱਲਦੀ ਉੱਥੇ ਕਰੋ ਕੱਲ੍ਹ ਐਨ ਕੱਲ੍ਹ ਦੁਨੀਆਂ ਦਿਨੇ ਆਓ ਅਤੇ ਦੁਨੀਆਂ ਨੂੰ ਮਰਵਾ ਕੇ ਦਾਨ ਜਾਓ ਉਸ ਨੂੰ ਹਦਾਇਤ ਕੀਤੀ ਜਾਏ ਨਾਲ